नवां शहर के लंगड़ोवा बाईपास के नैशनल हाईवे के कोल दो गड्डियां दी हुई आपसी टक्कर दे विच एक व्यक्ति की मौत हुई है, जबकि दो लोग गंभीर रूप में जख्मी भी हुए हैं, जिन्हां दे विच बाबा बकाला दे आम आदमी पार्टी के विधायक दलवीर सिंह टोंग भी हैं, जिन्हां नूं हस्पताल विच दाखिल करवाया गया है। जानकारी मुताबक जलंधर तो चंडीगढ़ नूं जा रहे बाबा बकाला दे आम आदमी पार्टी के विधायक दलवीर सिंह टोंग ते दूसरे पासों आ रही हाईवे तो स्विफ्ट डिजायर गड्डी की आपस च टक्कर हुई, जिस तों बाद गड्डी चालक बलविंदर सिंह भी जख्मी होया है। घटना तो बाद पुलिस भी मौके पर पहुंची है। इस मामले की जानकारी कौंसलर परम सिंह खालसा वालों दी गई है। किस तरह एक्सीडेंट अहीं सीधे आ रहे हैं तो गड्डी एक जी पिछों सीधी सानू गड्डी उन्हें रोड क्रॉस कर दिया ही उन्हें वेख्या नहीं गड्डी सड़क से तो सीधी एकदम लग गई। मतलब बचाव कोई इधर नुकसान तो नहीं कोई उन्हें ठीक है ना किन्ने सवार किए सवार इच किन्ने गड्डी पाँच जने तुम बिचे से गड्डी अच्छा तुम गनमैन हाँ गनमैन पिंड नजारी कि एक्सीडेंट कितने असी इदा सज्जे नूं मुड़ते सी उधरों गड्डी वो बहुत तेज आती सी विच बजी वो साढ़े बहुत तेज पलट गई पता नहीं। ਤੁਸੀਂ ਕਿੰਨੇ ਸਵਾਰ ਸੀ ਗੱਡੀ 'ਚ? ਅਸੀਂ ਦੋ ਜਣੇ ਸੀ। ਦੂਸਰੇ ਦਾ ਕੀ ਨਾਮ ਹੈ? ਨਾਨਾ ਜੀ ਮੇਰੇ ਨਾਮ। ਉਹਦੇ ਨਾਨਾ ਜੀ ਆ? ਤੇ ਕੀ ਨਾਮ ਕੀ ਉਹਦਾ? ਦਰਸ਼ਨ ਸਿੰਘ। ਦਰਸ਼ਨ ਸਿੰਘ। ਕੀ ਮਤਲਬ ਤੁਸੀਂ ਸੀ ਰਹੋਂ ਜਾਂ ਉਹ ਤਾਂ ਨੈਸ਼ਨਲ ਹਾਈਵੇ ਤੋਂ ਗੱਡੀ ਹੁੰਦਾ ਤੇਜ਼ ਜਾਣਾ ਤੁਸੀਂ ਕ੍ਰੋਸ ਕਰ ਰਹੇ ਸੀ ਨਾ? ਅਸੀਂ ਸੱਜੇ ਨੂੰ ਮੁੜਨਾ ਸੀ। ਅੱਛਾ। ਅਸੀਂ ਸੱਜੇ ਨੂੰ ਮੁੜਦੇ ਸੀ ਉਧਰੋਂ ਬਹੁਤ ਤੇਜ਼ ਆਉਂਦੇ ਸੀ। ਤੁਸੀਂ ਆਏ ਕਿੱਥੋਂ ਸੀਗੇ? ਅਸੀਂ ਇੱਦਾਂ ਕੱਟ ਲੰਗੜੋਏ ਤੋਂ ਆਏ ਸੀਗੇ ਬਘੌਰਾ ਨੂੰ ਜਾਣਾ ਸੀ। ਇੱਧਰ ਨੂੰ ਮੁੜਨਾ ਸੀ ਬਘੌਰਾ ਵੱਲ ਜੀ ਸੱਜੇ ਨੂੰ। ਠੀਕ ਹੈ। ਅਸੀਂ ਮੁੜਦੇ ਸੀ ਉਹ ਕੱਟ ਤੋਂ ਅਸੀਂ ਮੋੜਿਆ ਉੱਧਰੋਂ ਬਹੁਤ ਤੇਜ਼ ਆਈ ਗੱਡੀ ਉਹਨੇ ਸਾਹਮਣੇ ਨਹੀਂ ਪਤਾ ਨਹੀਂ ਕਿੱਦਾਂ ਵਿੱਚ ਵੱਜੀ। ਮੈਂ ਤਾਂ ਬਹੁਤ ਪਿੱਛੇ ਨੂੰ ਵੀ ਕਰਤੀ ਗੱਡੀ ਪਰ ਉਹ ਵਿੱਚ ਵੱਜੀ ਬਹੁਤ ਤੇਜ਼। ਚਲਾਉਂਦੇ ਕੌਣ ਸੀ? ਮੈਂ ਚਲਾਉਂਦਾ ਸੀ। ਅਤੇ ਨਾਲ ਕੌਣ ਬੈਠੇ? ਨਾਲ ਨਾਨਾ ਜੀ ਬੈਠੇ ਸੀ। ਅਤੇ ਉਹਨਾਂ ਦੀ ਡੈਥ ਹੋ ਗਈ? ਉਹਨਾਂ ਦੀ ਡੈਥ ਹੋ ਗਈ। ਕੀ ਨਾਮ ਸੀ ਉਹਦਾ? ਦਰਸ਼ਨ ਸਿੰਘ। ਦਰਸ਼ਨ। ਉਮਰ ਕਿੰਨੀ ਉਹਨਾਂ ਦੀ? ਉਹਨਾਂ ਦੀ 80 ਸਾਲ ਹੋ ਗਈ। ਕੀ ਨਾਮ ਕੀ? ਜਿਹਦੀ ਡੈਥ ਹੋਈ ਉਹਨਾਂ ਦਾ ਦਰਸ਼ਨ ਸਿੰਘ। ਅੱਛਾ ਤੁਸੀਂ? ਪਰਮ ਸਿੰਘ ਖਾਲਸਾ। ਹਾਂਜੀ ਤੁਸੀਂ? ਨੋਨ ਆ ਬਹੁਤ ਕਲੋਜ਼ ਪਰਿਵਾਰ ਸੀਗਾ। ਮੈਨੂੰ ਫੋਨ ਆਇਆ ਵੀ ਐਕਸੀਡੈਂਟ ਹੋ ਗਿਆ, ਜਦ ਤੱਕ ਮੈਂ ਆਇਆ ਅਤੇ ਸਰਦਾਰ ਦਰਸ਼ਨ ਸਿੰਘ ਹੋਣੀ ਤਾਂ ਐਕਸਪਾਇਰ ਹੋ ਚੁੱਕੇ ਸੀਗੇ ਅਤੇ ਮੁੰਡਾ ਜਿਹੜਾ ਲੱਕੀ ਇੰਜਰਡ ਸੀਗਾ। ਅੱਧੇ ਘੰਟੇ ਤੋਂ ਮੈਂ ਖੜ੍ਹਾ ਇੱਥੇ ਆ ਕੇ ਅਤੇ ਜਿੰਨਾ ਜ਼ਿਲ੍ਹਾ ਪ੍ਰਸ਼ਾਸਨ ਆ ਉਹ ਸਾਰਾ MLA ਦੀ ਹਜ਼ੂਰੀ 'ਚ ਖੜ੍ਹਾ ਸਾਰਾ ਜ਼ਿਲ੍ਹਾ ਪ੍ਰਸ਼ਾਸਨ। ਇਹ ਵਿਚਾਰਾ ਜਿਹੜਾ ਇੰਜਰਡ ਆ ਇਹਨੂੰ ਹਾਲੇ ਤੱਕ ਕੋਈ ਪੁੱਛਣ ਨਹੀਂ ਆਇਆ ਅਤੇ ਮੈਂ ਉਹਨੂੰ ਪੁੱਛਿਆ ਯਾਰ ਐਮਰਜੈਂਸੀ ਦਾ ਦੱਸੋ ਤੁਹਾਡੇ ਕੌਣ ਆ? ਕਹਿੰਦਾ ਜੀ ਮੈਂ ਸੀਗਾ ਤੁਹਾਡੇ ਆਉਣ ਤੋਂ ਪਹਿਲਾਂ ਟ੍ਰੀਟਮੈਂਟ ਕਰਦਾ। ਮੈਂ ਕਿਹਾ ਯਾਰ ਅੱਧਾ ਘੰਟਾ ਤਾਂ ਮੈਨੂੰ ਖੜ੍ਹੇ ਨੂੰ ਹੋ ਗਿਆ। ਅੱਧੇ ਘੰਟੇ ਹਜੇ ਤੱਕ ਇੱਕ 84 ਤੱਕ ਨਹੀਂ ਦੁਬਾਰਾ ਦੇਖਣ ਆਇਆ ਵੀ ਉਹ ਬੰਦੇ ਹੈਗੇ ਆ ਜਾਂ ਕੀ ਹੋਇਆ ਕੀ ਨਹੀਂ ਹੋਇਆ। MLA ਸਾਹਿਬ ਵੀ ਇਸੇ ਹੋਸਪਿਟਲ ਦਾ? MLA ਸਾਹਿਬ ਵੀ ਇਸੇ ਹੋਸਪਿਟਲ 'ਚ ਆ ਤਾਂ ਇਹ ਤੋਂ ਮਾੜੀ ਗੱਲ ਕੀ ਹੋ ਸਕਦੀ ਆ? ਬੜੀ ਦੁਰਭਾਗਪੂਰਨ ਗੱਲ ਆ ਜਿਹੜਾ ਪ੍ਰਸ਼ਾਸਨ ਦੇ ਲਈ। ਨਵਾਂ ਸ਼ਹਿਰ ਤੋਂ ਸੁਖਜਿੰਦਰ ਸਿੰਘ ਸੁੱਖਾ ਦੀ ਰਿਪੋਰਟ, ਪੰਜਾਬ ਟੂਡੇ।